ਪਠਾਨਕੋਟ ਦੇ ਚੱਕੀ ਦਰਿਆ ਦੇ ਕੋਲ ਪੈਂਦੇ ਏਅਰਪੋਰਟ ਰੋਡ, ਜਿਸਦੇ ਨਾਲ ਦੋ ਤਿੰਨ ਪਿੰਡ ਮਾਜਰਾ, ਮਹਿਰਾ, ਥੈਲੀਆ ਅਤੇ ਪਠਾਨਕੋਟ ਦਾ ਸਿਵਲ ਏਅਰਪੋਰਟ ਵੀ ਹੈ, ਨੂੰ ਜਾਣ ਵਾਲਾ ਰਸਤਾ ਪਠਾਨਕੋਟ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਚੱਕੀ ਦਰਿਆ ਵਿੱਚ ਵਧੇ ਹੋਏ ਪਾਣੀ ਕਾਰਨ ਵਹਿਣ ਦੀ ਕਗਾਰ 'ਤੇ ਆ ਗਿਆ ਹੈ। ਜਾਣਕਾਰੀ ਅਨੁਸਾਰ ਪਿਛਲੇ 3-4 ਸਾਲਾਂ ਤੋਂ ਹੀ ਪਹਿਲਾਂ ਹੀ ਇਹ ਰਸਤਾ ਟੁੱਟ ਰਿਹਾ ਸੀ, ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ, ਜਿਹਦੇ ਚਲਦਿਆਂ ਹੁਣ ਹੋ ਰਹੀ ਬਰਸਾਤ ਦੇ ਕਾਰਨ ਇਹ ਜ਼ਿਆਦਾ ਟੁੱਟ ਗਿਆ ਅਤੇ ਕਦੇ ਵੀ ਇਹਨਾਂ 3-4 ਪਿੰਡਾਂ ਅਤੇ ਪਠਾਨਕੋਟ ਦੇ ਸਿਵਲ ਏਅਰਪੋਰਟ ਦਾ ਲਿੰਕ ਪਠਾਨਕੋਟ ਨਾਲੋਂ ਟੁੱਟ ਸਕਦਾ ਹੈ। ਇੱਥੇ ਦੱਸਣਯੋਗ ਇਹ ਵੀ ਹੈ ਕਿ ਇਹ ਰਸਤਾ ਅਤੇ ਪਿੰਡ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਵਿੱਚ ਪੈਂਦਾ ਹੈ, ਜਿਸ ਕਰਕੇ ਪਿੰਡ ਦੇ ਲੋਕਾਂ ਨੂੰ ਜੇਕਰ ਕੋਈ ਕੰਮ ਹੁੰਦਾ ਹੈ ਤਾਂ ਉਹਨਾਂ ਨੂੰ 35-40 ਕਿਲੋਮੀਟਰ ਸਫ਼ਰ ਕਰਕੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਪੈਂਦੀ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਦੇ ਖਿਲਾਫ਼ ਰੋਸ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਅਧਿਕਾਰੀਆਂ ਨੂੰ ਇਸ ਸੰਬੰਧੀ ਦੱਸਿਆ ਵੀ ਗਿਆ ਹੈ, ਪਰ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਦੀ ਰੋਜ਼ੀ ਰੋਟੀ ਇਸ ਰਸਤੇ 'ਤੇ ਹੀ ਚੱਲਦੀ ਹੈ, ਕਿਉਂਕਿ ਉਹ ਰੋਜ਼ੀ ਰੋਟੀ ਕਮਾਉਣ ਲਈ ਇਸ ਰਸਤੇ ਤੋਂ ਹੀ ਪਠਾਨਕੋਟ ਨੂੰ ਜਾਂਦੇ ਨੇ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਰੋਡ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ। ਕੀ ਨਾਮ ਜੀ ਆਪਣਾ? ਮੇਰਾ ਨਾਮ ਸਰ ਗੁਲਾਮ ਹੁਸੈਨ ਹੈ। ਕਿੱਥੋਂ ਰਹਿਣ ਵਾਲੇ? ਆਪਣੇ ਪਿੰਡ ਮਾਜਰਾ ਔਰ ਮਹਿਰਾ ਤੋਂ। ਕੀ ਗੱਲਬਾਤ ਇੱਥੇ ਜਿਹੜਾ ਰਸਤਾ? ਸਰ ਸਾਡੀ ਇਹ ਬੇਨਤੀ ਹੈ ਕਿ ਸਾਡਾ ਰਸਤਾ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਜੀ, ਅਤੇ ਸਾਡੀ ਕੋਈ ਵੀ ਸੁਣਾਈ ਨਹੀਂ ਕਰਦਾ। ਅਸੀਂ ਟਰੈਲੀਆਂ, ਟਰੈਕਟਰ ਵਗੈਰਾ ਲੈ ਕੇ ਜਾਂਦੇ ਹਾਂ ਔਰ ਪੱਠਿਆਂ ਲਈ ਰੇੜੇ ਲੈ ਕੇ ਜਾਂਦੇ ਹਾਂ, ਦੁੱਧ ਸਵੇਰੇ ਲੈ ਕੇ ਜਾਣ ਮੌਕੇ 'ਤੇ ਆਹ ਰਸਤਾ ਖਰਾਬ ਹੋ ਜਾਂਦਾ ਜੀ, ਅਤੇ ਸਾਡਾ 4-4, 5-5 ਹਜ਼ਾਰ ਦਾ ਦੁੱਧ ਜਿਹੜਾ ਬਰਬਾਦ ਚਲਾ ਜਾਂਦਾ। ਕੀ ਰੀਜ਼ਨ ਕੀ ਹੈ ਰਸਤਾ ਜਿਹੜਾ? ਰੀਜ਼ਨ ਇਹ ਹੈ ਜੀ, ਜਦੋਂ ਇਹ ਰਸਤਾ ਸਾਰਾ ਖਰਾਬ ਹੋ ਗਿਆ, ਰੁੜ ਗਿਆ ਜੀ, ਅਤੇ ਇਹਨੂੰ ਕੋਈ ਵੀ ਸਰਕਾਰ ਸਾਡੀ ਬੇਨਤੀ ਨਹੀਂ ਸੁਣਦੀ। ਰੁੜਨ ਦਾ ਕਾਰਨ ਕੀ ਹੈ? ਬਾਰਿਸ਼ ਆਉਂਦੀ ਹੈ ਜੀ, ਜਦੋਂ ਪਾਣੀ ਆਉਂਦਾ ਬਾਰਿਸ਼ ਆਉਂਦੀ ਹੈ ਅਤੇ ਉਹਦੇ ਨਾਲ ਕੱਚਾ ਹੋ ਕੇ ਰਸਤਾ ਸਾਰਾ ਰੁੜ ਜਾਂਦਾ ਹੈ, ਅਤੇ ਹੈਵੇ ਨਿਕਲਦੇ ਆ ਰਸਤਾ ਬਹਿ ਜਾਂਦਾ, ਸਾਰਾ ਟੁੱਟ ਜਾਂਦਾ, ਪਾਣੀ ਭਰਿਆ ਰਹਿੰਦਾ ਜੀ। ਔਰ ਕਈ ਵਾਰੀ ਸਾਡਾ ਮੋਟਰਸਾਈਕਲ ਵੀ ਪਲਟ ਗਏ ਨੇ ਇੱਥੇ, ਦੁੱਧ ਵੀ ਰੁੜ ਗਿਆ ਜੀ। ਪਠਾਨਕੋਟ ਤੋਂ ਆਜ਼ਾਦ ਟੀਵੀ ਨਿਊਜ਼ ਲਈ ਕੈਮਰਾਮੈਨ ਮੋਹਿਤ ਸ਼ਰਮਾ ਦੇ ਨਾਲ ਨਵੀਨ ਵਾਸੂਦੇਵ ਦੀ